ਸਤਿ ਸ਼੍ਰੀ ਅਕਾਲ ਜੀ ਭਾਈ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਵਿੰਦਰ ਸਿੰਘ ਵੈਲਕਮ ਕ੍ਰੋਪ ਸਾਇੰਸ ਤੋਂ ਆਇਆ ਤੁਹਾਡੇ ਖੇਤ 'ਚ ਤੁਸੀਂ ਸਾਡੀ ਵੈਲਕਮ ਦੀ ਮੈਲ ਚਲਾਈ ਹੈ CH2 ਅੱਜ ਅਸੀਂ ਤੁਹਾਡੇ ਤੋਂ ਗੱਲਬਾਤ ਕਰਾਂਗੇ ਮਿਰਚ ਬਾਰੇ ਤਾਂ ਕਿ ਬਾਕੀ ਕਿਸਾਨ ਭਰਾ ਵੀ ਜਿਹੜਾ ਤੁਹਾਡੀ ਗੱਲ ਸੁਣ ਸਕਣ ਅਤੇ ਇਸ ਮਿਰਚ ਬਾਰੇ ਜਾਣਕਾਰੀ ਲੈ ਸਕਣ ਤੁਸੀਂ ਆਪਣੀ ਪੂਰੀ ਜਾਣਕਾਰੀ ਮਿਰਚ ਬਾਰੇ ਦਿਓ ਪਹਿਲੇ ਆਪਣਾ ਨਾਂ ਪਿੰਡ ਅਤੇ ਮੋਬਾਈਲ ਨੰਬਰ ਦੱਸੋ ਸਰ ਮੇਰਾ ਨਾਂ ਲਵਪ੍ਰੀਤ ਸਿੰਘ ਆ ਪਿੰਡ ਮੇਰਾ ਮਾਛੀਆਂ ਫੋਨ ਨੰਬਰ ਮੇਰਾ 8159-70055 ਅਸੀਂ ਇਸ ਵਾਰ 3 ਕਿੱਲੇ CH2 ਵਰਾਇਟੀ ਲਾਈ ਹੈ ਮਿਰਚ ਦੀ ਅਤੇ ਅਸੀਂ 5-6 ਸਾਲ ਤੋਂ ਇਹ ਲਗਾਤਾਰ ਲਾਉਂਦੇ ਆ ਰਹੇ ਹਾਂ 4 ਕਿੱਲੇ 3 ਕਿੱਲੇ ਠੀਕ ਹੈ ਹਾਂਜੀ ਅਤੇ ਇਹਦੀ ਮਿਰਚ ਦੀ ਖਾਸੀਅਤ ਇਹ ਹੈ ਵੀ ਇੱਕ ਤਾਂ ਇਹਦੀ ਵਰਾਇਟੀ ਦੂਜੀ ਵਰਾਇਟੀਆਂ ਦੇ ਨਾਲ ਮੁਕਾਬਲੇ ਵਧੀਆ ਆ ਝਾੜ 'ਤੇ ਵੀ ਦੂਜੀਆਂ ਮਿਰਚਾਂ ਨਾਲੋਂ ਵੱਧ ਜਾਂਦੀ ਹੈ 5-7 ਕੁਇੰਟਲ ਅਤੇ ਇੱਕ ਤੜਾਈ 'ਚ ਵੀ ਵਧੀਆ ਅਤੇ ਵਿਕਰੀ 'ਚ ਵੀ ਦੂਜੀਆਂ ਮਿਰਚਾਂ ਨਾਲੋਂ ਵਧੀਆ ਵਿਕਦੀ ਹੈ ਠੀਕ ਹੈ ਹਾਂਜੀ ਅਤੇ ਇਸ ਕਰਕੇ ਨੇ ਕਿ ਸਾਰੇ ਜ਼ਿਮੀਂਦਾਰਾਂ ਨੂੰ ਥੋੜ੍ਹਾ ਬਹੁਤਾ ਇਹਦਾ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਕਿ ਅੱਗੇ ਆਉਣ ਵਾਲੀ ਇਸ ਸਮੇਂ ਦੇ ਵਿੱਚ ਪਤਾ ਲੱਗੇ ਵੀ ਇਹਦੀ ਕੀ ਆਪਾਂ ਨੂੰ ਸਾਰੇ ਜ਼ਿਮੀਂਦਾਰਾਂ ਨੂੰ ਵੀ ਝਾੜ ਬਾਰੇ ਪਤਾ ਲੱਗ ਜਾਵੇ ਵੀ ਇਹਦੇ ਵੀ ਕਿੱਦਾਂ ਦਾ ਲਵਪ੍ਰੀਤ ਜੀ ਇੱਕ ਦੱਸੋ ਕਿ ਤੁਸੀਂ ਕਦੋਂ ਟ੍ਰਾਂਸਪਲਾਂਟ ਕੀਤੀ ਹੈ ਇਹ ਕਦੋਂ ਲਾਈ ਹੈ ਮਿਰਚ ਤੁਸੀਂ ਖੇਤ 'ਚ ਕਿਹੜੇ ਮਹੀਨੇ ਲਿਆਏ ਨਵੰਬਰ ਦੇ ਮਹੀਨੇ 'ਚ ਹਾਂਜੀ ਸਰ ਨਵੰਬਰ ਦੇ ਚੜ੍ਹੇ ਦੇ ਲੱਗੇ ਨਵੰਬਰ ਦਸੰਬਰ ਦੇ ਸ਼ੁਰੂ 'ਚ ਹਾਂਜੀ ਇਹ ਕੀ ਤੁਸੀਂ ਤੇ ਕਾਗਜ਼ ਚੜਾਇਆ ਸੀ ਬਿਨਾਂ ਕਾਗਜ਼ ਤੋਂ ਲਾਈ ਨਹੀਂ ਸਰ ਲਸਣ ਦੇ ਨਾਲ ਲੱਗੀ ਬਿਨਾਂ ਕਾਗਜ਼ ਤੋਂ ਬਿਨਾਂ ਕਾਗਜ਼ ਤੋਂ ਲੱਗੇ ਫਿਰ ਵੀ ਤੁਹਾਡੀ ਮਿਰਚ ਬਹੁਤ ਸੋਹਣੀ ਹੈ ਹਾਂਜੀ ਤੇ ਇਹਦੀ ਹੁਣ ਪਹਿਲੀ ਤੁਲਾਈ ਕਦੋਂ ਕਰਨ ਜਾ ਰਹੇ ਹੋ ਤੁਸੀਂ ਤੜਾਈ ਸਵੇਰ ਕਰਨੀ ਹੈ ਸਰ ਇਹਦੀ ਠੀਕ ਹੈ ਹਾਂਜੀ ਹੁਣ ਤਾਂ ਮੰਡੀ ਦਾ ਰੇਟ ਵੀ ਵਧੀਆ ਸਾਡਾ ਹੋਇਆ ਹਾਂਜੀ ਰੇਟ ਵੀ 30-32 ਰੁਪਏ ਹੈਗਾ ਤੇ ਸਵੇਰੇ ਤੜਾਈ ਕਰਾਂਗੇ ਜੀ ਚਲੋ ਠੀਕ ਹੈ ਲਵਪ੍ਰੀਤ ਜੀ ਇੱਕ ਵਾਰੀ ਤੁਸੀਂ ਆਪਣਾ ਦੁਬਾਰਾ ਮੋਬਾਈਲ ਨੰਬਰ ਦੱਸੋ ਤਾਂ ਕਿ ਬਾਕੀ ਕਿਸਾਨ ਵੀ ਜਿਹੜੇ ਤੁਹਾਡੇ ਨਾਲ ਕੰਟੈਕਟ ਕਰ ਸਕਣ ਗੱਲ ਕਰ ਸਕਣ ਵੈਰਾਈਟੀ ਬਾਰੇ ਪੁੱਛ ਸਕਣ ਹਾਂਜੀ ਫੋਨ ਨੰਬਰ ਮੇਰਾ 8159-70055 ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਥੈਂਕ ਯੂ ਓਕੇ ਜੀ